ਪਿਤਾ ਕੇ ਯਾਦ ਹੋਊਗਾ ਉਹਨਾਂ ਨੂੰ ਜ਼ਰੂਰ ਸੁਣਾਵਾਂਗੇ। ਲਾ ਕੇ ਪਹਿਲਾਂ ਨਵਾਂਗੇ ਸੁਣੋ। ਸੱਜਣ ਦਾ ਵਿਆਹ ਹੋ ਗਿਆ। ਜਿਸ ਵੇਲੇ ਸ਼ਗਨਾਂ ਦੀ ਰਾਤ ਆਪਣੇ ਘਰਵਾਲੀ ਦਾ ਕੋਟ ਚੱਕਿਆ ਤਾਂ ਚੰਦੇ ਆਪ ਚੰਦੇ ਮਹਿਤਾਬ ਚੰਦ ਸੂਰਜ ਦੀਆਂ ਕਿਰਨਾਂ ਚਾਰੇ ਪਾਸੇ ਕਮਰੇ 'ਚ ਰੋਸ਼ਨੀ ਰੋਸ਼ਨੀ ਹੋ ਗਈ। ਉਹ ਵਿਚਾਰਾ ਮੇਰੇ ਵਰਗਾ ਸੀ ਹੱਥ ਮੱਥੇ 'ਤੇ ਹੱਥ ਧਰ ਕੇ ਬਹਿ ਗਿਆ ਅਤੇ ਪਰਮਾਤਮਾ ਨੂੰ ਕੋਸਣ ਲੱਗ ਪਿਆ ਵੀ ਜੇ ਤੂੰ ਇੰਨੀ ਸੋਹਣੀ ਸੁਨੱਖੀ ਅਰਸ਼ਾ ਦੀ ਹੂਰ ਮੇਰੇ ਲੜ ਲਾਉਣੀ ਸੀ ਤਾਂ ਕਮ ਸੇ ਕਮ ਮੇਰਾ ਮੂੰਹ ਮੱਥੇ ਚੰਗਾ ਬਣਾ ਦਿੰਦਾ। ਲਓ ਜੀ ਉਹ ਬੈਠੇ ਬੈਠੇ ਨੇ ਅਫਸੋਸ 'ਚ ਬੈਠੇ ਬੈਠੇ ਨੇ ਬੈਠੇ ਬੈਠੇ ਨੂੰ ਨੀਂਦ ਆ ਗਈ ਅਤੇ ਉਹ ਮੁਟਿਆਰ ਸੋਚਦੀ ਹੈ ਕਿਉਂਕਿ ਹਿੰਦੁਸਤਾਨੀ ਹੈ ਉਹ ਸੋਚਦੀ ਹੈ ਵੀ ਮੈਥੋਂ ਅੰਦਰ ਵੜਦੀ ਤੋਂ ਕੋਈ ਗਲਤੀ ਹੋ ਗਈ ਹੈ ਕੋਈ ਸ਼ਗਨਾਂ ਦੇ ਵਿੱਚ ਮਾੜੀ ਮੋਟੀ ਜ਼ਰੂਰ ਕੋਈ ਨਾ ਕੋਈ ਕਮੀ ਰਹਿ ਗਈ ਹੋਣੀ ਹੈ ਇਹ ਕਿਸੇ ਮੇਰੀ ਗੱਲ ਤੋਂ ਨਾਰਾਜ਼ ਹੋ ਕੇ ਇਸ ਤਰ੍ਹਾਂ ਚੁੱਪ ਕਰਕੇ ਪੈ ਗਿਆ। ਲਓ ਉਹਨੂੰ ਕੁਛ ਕਹਿੰਦੀ ਹੈ ਸੁਣਨਾ ਜ਼ਰਾ ਗੌਰ ਨਾਲ ਕੀ ਕਹਿੰਦੀ ਹੈ ਅੱਗੋ ਗੱਭਰੂ ਕੀ ਜਵਾਬ ਦਿੰਦਾ ਗੀਤ ਨਵਾਂ ਪੇਸ਼ ਕਰਨ ਲੱਗਿਆ।
Shut up.